ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਕਿਸਾਨੀ ਮੋਰਚੇ ਦੇ ਅਸਲ ਯੋਧਿਆਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਬਾਪੂ ਜੀ ਹੋਰੀ ਇੱਧਰ ਪਹੁੰਚੇ ਨੇ। ਬਾਪੂ ਜੀ ਕਿੱਥੋਂ ਆਏ ਹੋ ਜੀ, ਕਿੰਨੀ ਉਮਰ ਆ ਤੁਹਾਡੀ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕਿਸਾਨ ਯੂਨੀਅਨ ਦਾ ਪ੍ਰਧਾਨ ਮਾਨ ਸਿੰਘ, ਜ਼ਿਲ੍ਹਾ ਅੰਮ੍ਰਿਤਸਰ। ਇਹ ਜਿਹੜੀ ਆ ਜਿੱਤ ਸਾਡੇ ਆਹਾਂ, ਉਨ੍ਹਾਂ ਚਿਰ ਜਾਣਾ ਨਹੀਂ ਵਾਪਸ। ਟਰਾਲੀਆਂ ਸਮਾਨ ਜਿਹੜਾ ਵਾ ਸਾਡਾ, ਸ਼ਾਮੀ ਨਾਲ ਲੈ ਕੇ ਆਏ ਹਾਂ, ਉਨ੍ਹਾਂ ਚਿਰ ਵਾਪਸ ਨਹੀਂ ਆਉਣਾ ਜਿੰਨਾ ਚਿਰ ਜਿੱਤ ਸਾਡੀ ਨਹੀਂ ਦੀ। ਕਾਨੂੰਨ ਰੱਦ ਕਰਾ ਕੇ ਜਾਣਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਬਾਪੂ ਜੀ ਮੈਂ ਤੁਹਾਨੂੰ ਦੇਖ ਰਿਹਾ ਸੀ, ਕਹਿੰਦੇ ਕਿ ਚੱਲਣ 'ਚ ਕਾਫੀ ਦਿੱਕਤ ਹੁੰਦੀ ਹੈ, ਫਿਰ ਵੀ ਬਾਰਡਰ ਦੇ ਡਟੇ ਹੋਏ ਹੋ। ਇਹ ਜੀ ਇਹ ਹੁਣ ਆਉਣਾ ਆਪਣਾ ਕਿਸਾਨੀ ਵਾਸਤੇ, ਸਾਰਿਆਂ ਦੇ ਨਾਲ ਭੈਣ ਭਰਾ ਆਵਾਂਗੇ ਤਾਂ ਫਿਰ ਹੀ ਜਿੱਤ ਹੋਣੀ ਆਪਣੀ। ਜਦੋਂ ਆਏ ਤੁਸੀਂ, ਉਸ ਤੋਂ ਬਾਅਦ ਸੋਚਿਆ ਨਹੀਂ ਸ਼ਾਮੀ ਕਿ ਮਾਹੌਲ ਵੀ ਖਰਾਬ ਹੈਗਾ? ਚੱਕਰ ਨਹੀਂ ਗਾ, ਮਾਹੌਲ ਜਿੰਨਾ ਮਰਜ਼ੀ ਖਰਾਬ ਹੋ ਜਾਵੇ, ਸਾਡੇ ਵਾਸਤੇ ਕੋਈ ਮਾਹੌਲ ਖਰਾਬ ਨਹੀਂ। ਸ਼ਾਂਤਮਈ ਕੰਮ ਚਲਾਉਣਾ ਜੀ। ਹਾਂਜੀ, ਸ਼ਾਂਤਮਈ ਕੰਮ ਚੱਲਣਾ। ਇਹ ਬਥੇਰੀ ਵਾਹ ਲਾਉਂਦੇ, ਗੋਲੇ ਗਾਲੇ ਸੁੱਟਣ ਡੇ, ਚਲੋ ਕੋਈ ਗੱਲ ਨਹੀਂ। ਆਹਾਂ ਦੇ ਕਿਸਾਨ ਨੇ ਜਿਹੜੇ ਸ਼ਾਂਤਮਈ ਕੰਮ ਚਲਾਉਣਾ। ਦੇਖ ਲਓ ਬਾਪੂ ਦੀ ਜਜ਼ਬਾਤ। ਬਾਪੂ ਜੀ ਕੀ ਨੇ, ਕੀ ਸੋਚ ਰਹੇ ਹੋ ਇਸ ਕਾਨੂੰਨਾਂ ਬਾਰੇ, ਕੀ ਸੋਚਦੇ ਹੋ ਇਹ ਸਥਿਤੀ ਕਰਨ ਡੇ ਆ? ਆਹਾਂ ਤਾਂ ਵੇਖ ਲਓ, ਸ਼ਾਂਤਮਈ ਕੰਮ ਚਲਾਉਣਾ, ਇਹ ਧੱਕਾ ਕਰਨ ਡੇ ਆ। ਕਰਦਿਆਂ ਨੇ ਬੋਲਿਆ ਨਹੀਂ ਕਿਸੇ ਨੇ ਨਾਲ ਕਿ ਤੁਹਾਡੇ ਤੋਂ ਇੱਕ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਹੁੰਦਾ? ਕਹਿ ਰਹੇ ਕਿ ਉੱਧਰ ਗੋਲੇ ਚੱਲ ਰਹੇ ਆ, ਭੱਜਣਾ ਵੀ ਪੈ ਸਕਦਾ, ਮਾਹੌਲ ਖਰਾਬ ਹੈ। ਨਹੀਂ ਕੋਈ ਚੱਕਰ ਨਹੀਂ, ਉਹ ਗੋਲੇ ਚੱਲਦੇ, ਉਹ ਕਹਿੰਦੇ ਜਾਓ ਡਟੋ, ਡਟਾਂਗੇ। ਕਰਦਿਆਂ ਨੂੰ ਕੀ ਕਹਿ ਕੇ ਆਏ ਹੋ? ਘਰਦਿਆਂ ਨੂੰ ਕਹਿ ਕੇ ਆਏ ਹਾਂ ਵੀ ਜਿੰਨਾ ਚਿਰ ਜੰਗ ਜਾਰੀ ਰਹੋ ਉੱਥੇ ਰਹਿਣਾ, ਭਾਵੇਂ 6 ਮਹੀਨੇ ਲੱਗ ਜਾਣ, ਸਾਲ ਲੱਗ ਜਾਏ, ਕੋਈ ਚੱਕਰ ਨਹੀਂ। ਮੁਸ਼ਕਲ ਕਿੰਨੀ ਹੁੰਦੀ ਹੈ ਕਿਉਂਕਿ ਆਸ ਪਾਸ ਵਾਸ਼ਰੂਮ ਵਗੈਰਾ ਵੀ ਨਹੀਂ ਹੈਗੇ, ਬਾਥਰੂਮ ਦਾ ਪ੍ਰਬੰਧ ਵੀ ਨਹੀਂ ਹੈਗਾ, ਨਾਂ ਧੋਣ ਦਾ ਵੀ ਪ੍ਰਬੰਧ ਨਹੀਂ ਹੈਗਾ? ਚੱਲੀ ਜਾਂਦਾ ਜੀ ਇਹ ਇਸ ਤਰ੍ਹਾਂ ਹੀ, ਇਹ ਗੁਰੂਆਂ ਦੇ ਪਹਿਲਾਂ ਤੋਂ ਚੱਲਦਾ ਆਇਆ ਕੰਮ, ਇਹ ਚੱਲੀ ਜਾਂਦਾ, ਕੋਈ ਗੱਲ ਨਹੀਂ, ਜਿੱਤ ਕੇ ਜਾਵਾਂਗੇ ਜਿੰਨਾ ਟਾਈਮ ਮਰਜ਼ੀ ਲੱਗ ਜੇ। ਕਰਦੇ ਫੋਨ ਨਹੀਂ ਕਰਦੇ ਜਦੋਂ ਉਹਨਾਂ ਨੇ ਤਸਵੀਰਾਂ ਦੇਖੀਆਂ ਸੋਸ਼ਲ ਮੀਡੀਆ ਦੇ ਕਿ ਮਾਹੌਲ ਖਰਾਬ ਹੈ, ਕਿ ਮੁੜੇ ਆਓ? ਕੋਈ ਨਹੀਂ, ਕਰਦੇ ਫੋਨ, ਤੇ ਫੋਨ ਕਰ ਕਹਿੰਦੇ ਆ, ਕਹਿੰਦੇ ਕੋਈ ਡਰ ਵਾਲੀ ਗੱਲ ਨਹੀਂ। ਮੈਂ ਨਹੀਂ, ਕੋਈ ਚੱਕਰ ਨਹੀਂ, ਕੋਈ ਡਰ ਨਹੀਂ। ਕੌਣ ਕਰਦਾ ਫੋਨ? ਕਰਦੇ ਕਰਦੇ ਮੰਮੀ ਹੋਣੇ ਕਰਨਾ, ਦੂਜਾ ਕੌਣ ਕਰਦਾ ਸੀ? ਉਹ ਸਾਰਿਆਂ ਦੇ ਰੋਟੀ ਦੂਜੇ ਦੇ ਡਾਲਰ ਹੀ ਪੁੱਛਦੇ, ਮੰਮੀ ਪੁੱਛਦੀ ਵੀ ਰੋਟੀ ਬੇਟਾ ਖਾ ਲਈ ਆ, ਦੂਜਾ ਕੌਣ ਪੁੱਛਦਾ? ਲੋਕਾਂ ਵਾਸਤੇ ਮੈਂ ਹੈਂਡੀਕੈਪ ਨਾ, ਮੰਮੀ ਵਾਸਤੇ ਨਹੀਂ ਨਾ ਮੈਂ ਹੈਂਡੀਕੈਪ, ਮੈਂ ਉਹਦਾ ਬੇਟਾ ਵਾਂ, ਇਹ ਚੀਜ਼। ਚਲੋ, ਕਿੰਨਾ ਪਿਆਰ ਆ ਮੰਮੀ ਨਾਲ? ਮੰਮੀ ਨਾਲ ਫੁੱਲ ਪਿਆਰ ਆ, ਮੰਮੀ ਤੋਂ ਬਿਨਾਂ ਕੋਈ ਚੀਜ਼ ਨਹੀਂ। ਬਸ ਮੰਮੀ ਜਿੱਥੇ ਖਲੋ ਜਾਣਾ ਵਾ, ਉੱਥੇ ਹੋਰ ਥੋੜ੍ਹਾ ਖਲੋ ਸਕਦਾ। ਚਾਚੀਆਂ ਤਾਈਆਂ ਆਪਣੇ ਥਾਂ 'ਤੇ ਆ, ਮੰਮੀ ਆਪਣੇ ਥਾਂ 'ਤੇ ਆ, ਜੋ ਮੰਮੀ ਨੇ ਪਿਆਰ ਦੇਣਾ ਉਹ ਅਲੱਗ ਚੀਜ਼ ਆ। ਮਾਂ ਨਾਲ ਕਿੰਨਾ ਕੁ ਪਿਆਰ ਹੈ? ਮਾਂ ਨਾਲ ਫੁੱਲ ਪਿਆਰ ਜੀ, ਪੂਰਾ ਦਿਲੋਂ। ਜਿਹਦਾ ਸਰੀਰ ਚੱਲ ਪਾ, ਸੋ ਸ੍ਰੀ ਅਕਾਲ। ਆਵੇ ਮੇਰੇ ਵੀ ਬੰਬ ਵੱਜਿਆ, ਮੰਮੀ ਨੂੰ ਘਰਦਿਆਂ 'ਤੇ ਆ ਜਾ, ਮਾਂ ਮੈਂ ਨਹੀਂ ਆਉਣਾ ਕੋਈ ਵੀ, ਇੱਥੇ ਮਰ ਕੇ ਜਾਵਾਂ, ਖੱਲ ਨਹੀਂ ਜਾਂਦੇ। ਹਾਂ ਤੁਸੀਂ ਜੀਂਦੇ ਰਹੋ, ਪੱਤਰਕਾਰ ਵਾਲੇ ਸਾਡੀਆਂ ਖਬਰਾਂ ਪਹੁੰਚਾਉਂਦੇ ਰਹੋ, ਇੱਥੇ ਫੋਟੋ ਵੇਖ ਲੈਂਦੇ। ਬਾਪੂ ਆ ਜਾ, ਮਾਂ ਕਾ ਕੰਮ ਕਰੋ ਜਾ ਕੇ, ਇੱਥੇ ਹੁਣ ਇਕੱਠੇ ਆਵਾਂਗੇ, ਇੱਕ ਰਾਹੀਂ ਡੱਬੇ ਹੀ ਬੰਦ ਹੋ ਗਏ ਆਵਾਂਗੇ। ਅਤੇ ਬਾਪੂ ਜੀ ਹੋਰ ਦਾ, ਬਾਪੂ ਜੀ ਤਿਆਰੀ ਕਿੰਨੀ ਕੁ ਹੈ? ਔਰ ਤਿਆਰੀ ਤਾਂ ਫੁੱਲ ਕਰਕੇ ਆਏ ਹਾਂ, ਘਰੋਂ ਮੌਤ ਦੇ ਗਾਣੇ ਬੰਨ ਕੇ ਆਏ ਹਾਂ। ਹੋਰ ਕਦੋਂ ਆਏ ਹੋ? ਅਸੀਂ ਤਰਨ ਤਰਨ ਜ਼ਿਲ੍ਹਾ ਪਿੰਡ ਝਬਾਲ। ਤਰਨ ਤਾਰਨ ਤੋਂ ਕਹਿ ਰਹੇ ਕਾਫੀ ਕਿਸਾਨ ਆਏ ਇੱਧਰ, ਕਹਿ ਰਹੇ ਕਿ ਅੱਗੇ ਮਾਝੇ ਦੇ ਕਿਸਾਨ ਧੁੰਮਾਂ ਪਈਆਂ ਸੀਗੇ, ਮਾਝੇ ਦਾ 8-9 ਹਜ਼ਾਰ ਟਰਾਲਾ ਆਇਆ ਘਰ। ਤੁਸੀਂ ਕੀ ਕਰ ਕਹਿ ਕੇ ਆਏ ਹੋ? ਮੈਂ ਕਹਿ ਕੇ ਐਵੇਂ ਮਰ ਕੇ ਆਵਾਂਗੇ, ਖਾਲੀ ਨਹੀਂ ਆਉਂਦੇ, ਮਰ ਜਾਵਾਂਗੇ, ਮਰਨਾ ਆਇਆ। ਆਹ ਬੰਬ ਵਜਾ ਲਾਤੇ, ਲੱਤ ਪਾਟੀ ਆ, ਅਤੇ ਪੱਟੀਆਂ ਪੁੱਟੀਆਂ ਕਰਾਈ ਦੀਆਂ, ਰੋਜ਼ ਪੱਟੀ ਕਰ ਜਾਂਦੇ ਆ, ਅਤੇ ਫਿਰ ਇੱਥੇ ਆ ਜਾਂਦੇ ਆ। ਘਰਦਿਆਂ ਨੂੰ ਦੱਸਿਆ ਬੰਬ ਵੱਜਿਆ? ਘਰਦਿਆਂ ਨੂੰ ਖਬਰਾਂ ਮਿੰਟੋ ਮਿੰਟ ਹੀ ਪਹੁੰਚੀਆਂ ਨੇ। ਅੰਕ ਸਾਹਿਬ ਵੀ ਆਉਂਦੇ, ਆ ਰਿਹਾ ਬਾਪੂ। ਮੈਂ ਬਾਪੂ ਨਾਲ ਆਇਆ।
ਬਾਪੂ ਮੋਰਚਾ ਜਿੱਤ ਕੇ ਆਊਗਾ, ਨਜ਼ਾਰਾ ਪੂਰਾ ਆ ਰਿਹਾ ਬਾਰਡਰ 'ਤੇ। ਕਿਸ ਤਰ੍ਹਾਂ ਦਾ ਖਾਣ ਪੀਣ ਨੂੰ ਖੁੱਲ੍ਹਾ, ਸਵੇਰੇ ਉੱਠਦੇ ਚਾਹ ਪਰੌਂਠੇ ਮਿਲ ਜਾਂਦੇ ਆ, ਜਾਂ ਰਾਤ ਨੂੰ ਬੈਡਾਂ ਦੇ ਦੁੱਧ ਮਿਲ ਜਾਂਦਾ ਵਾ, ਅਤੇ ਵਾਧੂ ਖਾਣ ਪੀਣ ਵਾਧੂ, ਘਾਟਾ ਕੀ ਗੱਲਦਾ ਨਹੀਂਗਾ, ਘਰ ਕੀ ਕਰਨਾ ਜਾ ਕੇ। ਬਾਬੇ ਨਾਨਕ ਦੀ ਕਿਰਪਾ, ਬਾਬੇ ਨਾਨਕ ਦਾ ਲੰਗਰ ਚੱਲਦਾ ਰਹਿੰਦਾ ਵਾ। ਜੋਸ਼ ਕਿੰਨਾ ਕੁ ਹੈ ਹੁਣ? ਜੋਸ਼ ਪੂਰਾ, ਤੈਨੂੰ ਗਲੋਂ ਫੜ ਕੇ ਤੈਨੂੰ ਫੜਕਾ ਕੇ ਮਾਰ ਸਕਦੇ ਹਾਂ। ਆ ਜਿਹੜੀ ਕੁੰਡੀਆਂ ਜਿਹੜਾ ਕੁੰਡੀਆਂ ਆਇਆ ਡਾਲ ਕੇ ਨਾ, ਐਂ ਡਾਲ ਕੇ ਐਂ ਪਰਾ ਮਾਰਦੀ ਨਾ ਪਵਾਂਗੇ। ਬਾਪੂ ਮੈਨੂੰ ਨਾ ਮਾਰੋ, ਮੈਂ ਤੁਹਾਡੀ ਕਵਰੇਜ ਕਰਨ ਆਇਆ, ਮੇਰੇ ਤੇ ਨਾ ਲਾ ਦਿਓ ਗੁੱਸਾ ਸਾਰਾ ਉਸ ਸਾਈਡ ਦਾ। ਜੀਦਾਰ 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 ਬਹੁਤ ਜੀਦਾਰ ਦੱਸਦੇ ਆ ਵੀ ਬਾਪੂ ਕੀ ਚੀਜ਼ ਆ। ਹਾਂਜੀ ਹਾਂਜੀ, ਤੁਸੀਂ ਵੀ ਆ ਜਾਓ ਅੱਗੇ, ਤੁਸੀਂ ਵੀ ਦੱਸ ਦਿਓ, ਖਬਰਾਂ ਪਹੁੰਚਾਉਂਦੇ ਰਹੋ, ਤੁਹਾਡਾ ਧੰਨਵਾਦ ਹੁੰਦਾ ਰਹੂਗਾ। ਇਹੋ ਜਿਹਾ ਮੌਕਾ ਲੱਭਣਾ ਮੁੜ ਕੇ ਨਹੀਂ, ਇਹੋ ਜਿਹਾ ਜੀ। ਬਾਪੂ ਤੋਂ ਜੋਸ਼ ਪੁੱਛਿਆ ਸੀ, ਬਾਪੂ ਨੇ ਅੱਧਾ ਜੋਸ਼ ਮੇਰੇ ਤੇ ਹੀ ਦਿਖਾ ਦਿੱਤਾ, ਅਤੇ ਇੱਧਰ ਬਜ਼ੁਰਗ ਕਿਸਾਨ ਪਹੁੰਚੇ ਨੇ, ਕਹਿ ਰਹੇ ਕਿ ਜੋਸ਼ ਪੂਰਾ, ਲੱਤ 'ਤੇ ਬੰਬ ਵੱਜਿਆ ਹੋਇਆ ਬਾਪੂ ਜੀ ਦੀ, ਪੱਟੀ ਬੰਨੀ ਹੋਈ ਹੈ, ਪਰ ਕਹਿ ਰਹੇ ਕਿ ਬਾਪੂ ਜੀ ਉਮਰ ਕਿੰਨੀ ਹੈ? ਉਮਰ 'ਤੇ ਜੇ ਤਾਂ ਕਾਗਜ਼ ਨੇ ਵੇਖੇ 71 ਸਾਲ ਆ, ਉਸ ਤਰ੍ਹਾਂ ਹੈਗੀ 65 ਸਾਲ ਆ, 10 ਸਾਲ ਵੱਧ ਲਿਖੀ ਗਈ ਆ। ਪਰ ਅਗਰ ਜੋਸ਼ ਦੀ ਗੱਲ ਕਰੀਏ, ਜਨੂੰਨ ਦੀ ਗੱਲ ਕਰੀਏ, ਉਸ ਹਿਸਾਬ ਨਾਲ ਕਿੰਨੀ ਕੁ ਉਮਰ ਹੈ? ਉਮਰ ਦੀ ਤਾਂ ਗੱਲ ਵੇਖ ਲਓ, ਅਜੇ ਤੱਕ ਹੱਥ ਤਾਂ ਕੰਮ ਦੇ ਨਹੀਂ ਗਏ, ਅੱਗੋਂ ਤੁਸੀਂ ਹਿਸਾਬ ਕਰੋ, ਨਸ਼ੇ ਨੁਸ਼ੇ ਲਾ ਕੇ ਚਾਹੀਦਾ, ਬਾਕੀ ਇਹਨਾਂ ਤੋਂ ਬਚੇ ਅਸੀਂ। ਪਰ ਬਾਪੂ ਜੀ ਕਿਤੇ ਹਲੇ ਨੌਜਵਾਨ ਵੀ ਅੱਗੇ ਮੈਨੂੰ ਇੰਟਰਵਿਊ ਦੇ ਵਿੱਚ ਕਹਿ ਰਹੇ ਕਿ ਸ਼ਰਾਬ ਪੀ ਕੇ ਰਾਤੀ ਕੋਈ ਰੇਸਾ ਦਿੰਦੇ ਆ ਟਰੈਕਟਰ ਦੀ, ਕਹਿ ਰਹੇ ਇਸ ਤਰ੍ਹਾਂ ਅੰਦੋਲਨ ਨਹੀਂ ਜਿੱਤੇ ਜਾਂਦੇ? ਨਾ, ਅਸੀਂ ਗਲਤ ਗੱਲ ਆ, ਇਹ ਗਲਤ ਗੱਲ ਹੈ, ਸ਼ਰਾਬ ਪੀ ਕੇ ਕੰਮ ਕਰਦਾ ਨਾ, ਉਹਦੇ ਅਸੀਂ ਗਲਤੀ ਗੱਲ ਆ, ਟਰੈਕਟਰ 'ਤੇ ਰੇਸਾਂ ਦੇਣੀਆਂ ਕੀ ਫਾਇਦਾ, ਉਹਨੇ ਰੋਕਿਆ ਜਾਊਗਾ। ਹਾਂ, ਉਹ ਕੰਮ ਗਲਤ ਆ, ਜਿਹੜਾ ਨਸ਼ਾ ਕਰਕੇ ਇੱਥੇ ਬੁਲਬੁਲੀਆਂ ਮਾਰਦਾ ਵਾ, ਚੋਰੀ ਕਰਦਾ ਵਾ, ਉਹ ਜਿਹੜਾ ਕੰਮ ਉਹ ਬੰਦੇ ਉਹ ਕਰਦੇ ਜਿਹੜੇ ਇਹਨਾਂ ਦੇ ਆਪਣੇ, ਬਾਕੀ ਸਾਡਾ ਸਰਦਾਰਾਂ ਦਾ ਲੋਕ ਕੋਈ ਨਹੀਂ ਕੰਮ ਕਰਦਾ, ਨਾ ਸਰਦਾਰਾਂ ਦਾ ਕੋਈ ਚੋਰੀ ਕਰਦਾ, ਨਾ ਸਰਦਾਰਾਂ ਦਾ ਕੋਈ ਗੁੰਡੇਗਰਦੀ ਕਰਦਾ। ਹੈਂ, ਹੁਣ ਇਹ ਕਾਨੂੰਨ ਦੇ ਬੱਧੇ ਆ, ਉਹ ਆਉਂਦੇ ਵੀ ਜਿੰਨਾ ਚਿਰ ਅਸੀਂ ਆਡਰਾ ਕਰਕੇ ਤੁਸੀਂ ਗਾਂ ਨਹੀਂ ਜਾਣਾ। ਹੁਣ ਜਦੋਂ ਬੰਬ ਰੱਥੋਂ ਸੁੱਟਿਆ ਸੀ, ਥੱਲੇ ਗਿੱਲੀਆਂ ਬੋਰੀਆਂ ਪਾਉਂਦੇ ਹਾਂ, ਉੱਤੋਂ ਫਿਰ ਡਾਊਨ ਨੇ ਬੰਬ ਸੁੱਟਿਆ, ਇੱਕ ਮੇਰੀ ਲੱਤ 'ਤੇ ਬੱਚਾ, ਇੱਕ ਤੇਰੇ ਕੋਲ ਨੌਜਵਾਨ ਮੈਨੂੰ ਚੁੱਕਣ ਲੱਗਾ ਉਹਦੀ ਵੱਖੀ 'ਚ ਬੱਚਾ, ਸਾਨੂੰ ਦੋਵੇਂ ਫਿਰ ਉੱਥੇ ਰਫਲ ਹਰਸਾਰ ਕਰਤਾ, ਰਾਜਪੁਰੇ ਘੱਲਤਾ, ਉਹ ਸਾਡੀ ਇਲਾਜ ਪੱਟੀ ਕਰਾਇਆ, ਉਹਨਾਂ ਵਿੱਚ ਕਿੰਕਰਾਂ ਕੱਢੀਆਂ, ਉਹਦੇ ਵੱਖੀ 'ਚ ਬੱਚੇ ਹੋਏ ਨੂੰ ਕੱਢੀਆਂ, ਕਿਉਂ ਆ ਕਿ ਸਟਾਫ ਵੀ ਵਧੀਆ ਡਾਕਟਰਾਂ ਦਾ। ਹਸਪਤਾਲ 'ਚ ਉਹਨਾਂ ਨੇ ਥੋੜ੍ਹਾ ਟਾਈਮ ਰੱਖਿਆ ਜਾਂ ਫਿਰ ਪੱਟੀ ਕਰਕੇ ਰਾਤ ਰੱਖਿਆ, ਇਕਰਾਰ ਰੱਖਿਆ, ਮੁੜ ਕੇ ਛੁੱਟੀ ਦੁਕਾਨ ਦੇ ਦਿੱਤੀ, ਫਿਰ ਜਾਈਦਾ ਪੱਟੀ ਕਰਾ ਕੇ ਫਿਰ ਅਸੀਂ ਆਈਦਾ। ਕਰਦਿਆਂ ਨੂੰ ਦੱਸਿਆ ਨਹੀਂ ਕਿ ਹਸਪਤਾਲ 'ਚ ਆ ਮੈਂ, ਬੰਬ ਵੱਜਿਆ? ਦੱਸ ਦਿੰਦੇ ਦੱਸਣ ਵਾਲੇ ਤੇਰੇ ਕੇ, ਕੋਈ ਗੱਲ ਹੀ ਕੋਈ ਨਹੀਂ ਗੀ, ਹਸਤਾ ਕੋਈ ਨਵੇਂ ਆਉਣ ਲੱਗੇ ਹਾਂ, ਆਹ 3 ਸਾਲ ਤਾਂ ਮੈਂ ਹਸਤਾ ਹਸਲਾ ਹੀ ਰੁੜ ਗਿਆ ਹਾਂ, ਮੈਂ ਨਾ ਕਰੀ ਕਿਸੇ ਨੂੰ ਘਰਦਿਆਂ ਨੂੰ ਹਸਪਤਾਲ ਖੜਿਆ, ਅਤੇ ਨਾ ਮੈਂ ਇਕੱਲਾ ਜਾਂਦਾ, ਤਾਂ ਇਕੱਲਾ ਹੀ ਆ ਇਹਨਾਂ ਨਾਲ। ਆ ਜਿੰਦਾ ਵਾ ਜੀ, ਹੋਰਾਂ ਦਾ ਜਨੂੰਨ ਜਜ਼ਬਾ ਦੇਖ ਸਕਦੇ ਹੋ ਤੁਸੀਂ, ਬੇਸ਼ੱਕ ਉਮਰ ਜ਼ਿਆਦਾ, ਪਰ ਕਹਿ ਰਹੇ ਕਿ ਹੌਸਲਾ ਪੂਰਾ, ਜਨੂੰਨ ਪੂਰਾ ਇਸ ਸਮੇਂ, ਕਹਿ ਰਹੇ ਕਿ ਆਗੂ ਇੱਕ ਵਾਰੀ ਕਹਿਣ, ਅਸੀਂ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਨ ਨੂੰ ਤਿਆਰ ਹਾਂ। ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ, ਕਿਸਾਨੀ ਮੋਰਚੇ ਦੇ ਛੱਟੇ ਦਿਨ ਦੀਆਂ, ਅੱਜ ਮੀਟਿੰਗ ਵੀ ਹੈਗੀ ਹੈ, ਮੀਟਿੰਗ ਦੇ ਵਿੱਚ ਸ਼ੰਕੇ ਵੀ ਕਾਫੀ ਜਿਤਾਏ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਵੱਡਾ ਫੈਸਲਾ ਕੇਂਦਰ ਸਰਕਾਰ ਵੱਲੋਂ ਲਿੱਤਾ ਜਾ ਸਕਦਾ, ਪਰ ਕੀ ਕੁਛ ਫੈਸਲਾ ਹੁੰਦਾ, ਕੇਂਦਰ ਸਰਕਾਰ ਵੱਲੋਂ ਵੱਡੇ ਫੈਸਲੇ ਲਿੱਤੇ ਜਾਂਦੇ ਨੇ ਜਾਂ ਫਿਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਦੇ ਨੇ, ਇਹਦੇ 'ਤੇ ਹਾਲੇ ਵੀ ਸਸਪੈਂਸ ਬਣਿਆ ਹੋਇਆ। ਇੱਦਾਂ ਹੀ ਜੁੜੇ ਰਹੋ ਮਾਈ ਪੰਜਾਬੀ ਟੀ ਵੀ ਦੇ ਨਾਲ, ਵੀਡੀਓ ਜਸਵੰਤ ਦੇ ਨਾਲ, ਮਾਈ ਪੰਜਾਬੀ ਟੀ ਵੀ, ਸ਼ੰਭੂ ਬਾਰਡਰ।